ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਦੇ ਹਲਕੇ ਦੇ ਲੋਕਾਂ ਦੀਆਂ ਆਪਣੇ ਗ੍ਰਹਿ ਵਿਖੇ ਮੁਸ਼ਕਲਾਂ ਸੁਣੀਆਂ ਨੇ ਅਤੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿਚ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਦੇ ਉੱਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਹੋਰ ਕਿਸੇ ਪਾਰਟੀ ਦਾ ਪੰਜਾਬ ਦੇ ਵਿਚ ਖਾਤਾ ਵੀ ਨਹੀਂ ਖੁੱਲੇਗਾ। ਇਸ ਸਬੰਧੀ ਰੂਪਨਗਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸਿੰਧਵਾ ਦੇ ਉੱਤੇ ਰੇਤ ਮਾਫੀਆ ਦੇ ਵੱਲੋਂ ਕੀਤੇ ਗਏ ਹਮਲੇ ਦੇ ਸਬੰਧੀ ਆਪ ਦੇ ਵਰਕਰਾਂ ਦੇ ਵੱਲੋਂ ਪੰਜਾਬ ਦੇ ਵਿਚ ਸਰਕਾਰ ਦੇ ਖਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਆਪ ਪਾਰਟੀ ਦੇ ਵਿਧਾਇਕ ਦੇ ਉੱਤੇ ਜੋ ਹਮਲਾ ਕੀਤਾ ਗਿਆ, ਪੰਜਾਬ ਸਰਕਾਰ ਨੇ ਪਹਿਲ ਦੇ ਆਧਾਰ ਦੇ ਉੱਤੇ ਹਮਲਾ ਕਰਨ ਵਾਲਿਆਂ ਦੇ ਉੱਤੇ ਪਰਚੇ ਦਰਜ ਕਰਵਾ ਕੇ ਉਨ੍ਹਾਂ ਦੀ ਅਰੈਸਟ ਕਰਵਾਈ ਹੈ। ਇਸ ਮੌਕੇ ਦੇ ਉੱਤੇ ਧਰਮਸੋਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਉੱਤੇ ਰਿਸ਼ਵਤ ਲੈਣ ਦੇ ਵੀ ਦੋਸ਼ ਲੱਗ ਰਹੇ ਨੇ, ਜਿਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਉਹਨਾਂ ਤੇ ਹਮਲਾ ਹੋਇਆ, ਕਾਰਨ ਪਤਾ ਨਹੀਂ ਕੀ ਹੈ, ਲੇਕਿਨ ਖਬਰ ਮਿਲਦਿਆਂ ਹੀ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਨਾਲ ਹੀ DC ਨਾਲ ਗੱਲ ਕਰਕੇ, SSP ਨਾਲ ਗੱਲ ਕਰਕੇ ਵੀ ਜਿਨ੍ਹਾਂ ਨੇ ਹਮਲਾ ਬੋਲਿਆ ਉਹਨਾਂ 'ਤੇ, ਉਹਨਾਂ ਦੇ ਖਿਲਾਫ਼ ਪਰਚਾ ਕਰੋ ਔਰ ਉਹਨਾਂ ਨੂੰ ਫੜੋ। ਔਰ ਨਾਲ ਦੀ ਨਾਲ ਹੀ ਪਰਚਾ ਕੀਤਾ, ਨਾਲ ਦੀ ਨਾਲ ਹੀ ਉਹ ਬੰਦੇ ਫੜ ਲਏ ਨੇ। ਔਰ ਜਦੋਂ ਕਿ ਦੂਸਰੇ ਪਾਸੇ ਜਿਹੜੇ ਬੰਦੇ ਫੜੇ ਗਏ ਨੇ ਜਿਨ੍ਹਾਂ ਨੇ ਹਮਲਾ ਕੀਤਾ, ਉਹ ਕਹਿੰਦੇ ਅਸੀਂ ਮਸਾਂ ਜਿਤਾਇਆ ਸੀ ਇਹਨੂੰ, ਅਸੀਂ ਵੀ ਆਮ ਪਾਰਟੀ ਦੇ ਇੱਛੁਕ ਸੀ, ਉਦੋਂ ਵੀ 5 ਲੱਖ ਰੁਪਈਆ ਦਿੱਤਾ, ਉਦੋਂ ਬਾਅਦ ਵੀ 5 ਲੱਖ ਰੁਪਈਆ ਦਿੱਤਾ, ਹੁਣ ਫਿਰ ਸਾਡੇ 'ਤੇ ਪ੍ਰੈਸ਼ਰ ਪਾਈ ਜਾਂਦੇ, ਜਿੱਥੇ ਤੁਸੀਂ ਆਪ ਦਿੰਦੇ ਹੋ ਆਲੇ ਦੁਆਲੇ ਜਿਹੜੇ ਕ੍ਰੈਸ਼ਰਾਂ ਵਾਲੇ ਨੇ ਉਹਨਾਂ ਤੋਂ ਵੀ ਇਕੱਠੇ ਕਰਕੇ ਦਿਆ ਕਰੋ। ਔਰ ਉਹਨਾਂ ਦੀ ਮਦਰ ਸਰਪੰਚ ਹੈ, ਬਜ਼ੁਰਗ ਹੈ, ਉਹਨਾਂ ਨੇ ਵੀ ਇਹੀ ਬਿਆਨ ਦਿੱਤਾ। ਔਰ ਅਕਾਲੀ ਦਲ ਦਾ ਚੀਮਾ, ਉਹਨੇ ਵੀ ਇਹੀ ਕਿਹਾ ਕਿ ਪੈਸੇ ਇਕੱਠੇ, ਪਰ ਲੇਕਿਨ ਫਿਰ ਵੀ ਸਰਕਾਰ ਦਾ ਕੰਮ ਇਹ ਬਣਦਾ ਸੀਗਾ, ਜਿਨ੍ਹਾਂ ਨੇ ਲੋਕਾਂ ਦੇ ਨੁਮਾਇੰਦੇ 'ਤੇ ਹੱਥ ਪਾਇਆ, ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ 'ਤੇ ਪਰਚਾ ਕਰਤਾ, ਬੰਦੇ ਫੜੇ ਗਏ। ਹੁਣ ਮੈਨੂੰ ਨਹੀਂ ਲੱਗਦਾ ਕਿ ਕਿਹੜੀ ਗੱਲ ਹੈ, ਧਰਨੇ ਆਪ ਪਾਰਟੀ ਵਾਲੇ ਜਿਹੜੇ ਹਮੇਸ਼ਾ ਲੋਕਾਂ ਦਾ ਧਿਆਨ ਮੋੜਨ ਵਾਸਤੇ ਕਦੇ CBI ਦੀ ਗੱਲ ਕਰਦੇ ਨੇ। ਖਹਿਰਾ ਸਾਹਿਬ, CBI ਦੀ ਗੱਲ ਤਾਂ ਕਰੋ, MLA ਕੁੱਟਿਆ ਗਿਆ ਹੋਵੇ, MLA ਦੀ ਬੇਇੱਜ਼ਤੀ ਹੋਵੇ, ਉਹ ਤਾਂ ਕੋਈ ਸੁਣਵਾਈ ਨਾ ਹੋਵੇ, ਉਹਦੇ PGI ਜਾਣ ਤੋਂ ਪਹਿਲਾਂ ਬੰਦਿਆਂ ਦੇ ਪਰਚੇ ਹੋ ਗਏ। ਅਸੀਂ ਬੰਦਿਆਂ 'ਤੇ ਪੜਦਾ ਨਹੀਂ ਪਾਇਆ, ਬੰਦਿਆਂ 'ਤੇ ਪਰਚੇ ਕਰਕੇ। ਹੁਣ ਬਾਕੀ ਜਿਹੜੀ ਗੱਲ ਹੈ, ਅਗਰ ਜੇ ਉਹਨਾਂ ਕੋਲ ਸਬੂਤ ਨੇ, ਉਹਨਾਂ ਨੇ 5 ਲੱਖ ਰੁਪਈਆ ਦਿੱਤਾ, ਦੁਬਾਰਾ ਮੰਗਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਪੰਜਾਬ ਦੇ ਮੁੱਖ ਮੰਤਰੀ ਦੇਖਣਗੇ ਕੀ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਹੈ। ਕਾਰਵਾਈ ਜਿਹੜਾ ਦੋਸ਼ੀ ਜਿੰਨਾ ਹੈ ਸਭ ਦੇ ਖਿਲਾਫ਼ ਹੋਏਗੀ। ਨਾਭਾ ਤੋਂ ਸੁਖਚੈਨ ਸਿੰਘ, ਲੁਬਾਣਾ ਦੀ ਰਿਪੋਰਟ।